ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਤਾਂ ਦੋਸਤੋ, ਇਹ ਜਿਹੜਾ ਪਟਿਆਲੇ ਵਿੱਚ ਧਰਨਾ ਲੱਗਿਆ ਸੀ, ਸਟੂਡੈਂਟ ਨੇ ਲਾਇਆ ਸੀ ਕੋਂਸਟੇਬਲ ਦੇ ਮਤਲਬ ਕਿ ਫਾਈਨਲ ਰਿਜ਼ਲਟ ਬਾਰੇ, ਕਿ ਉਹਨਾਂ ਨੇ ਬਿਨਾਂ ਜਿਹੜੇ ਨੋਰਮਲਾਈਜੇਸ਼ਨ ਕੀਤੇ ਫਾਈਨਲ ਲਿਸਟ ਕੱਢਤੀ ਹੈ। ਅਤੇ ਦੋਸਤੋ, ਉਸ ਬਾਰੇ ਉਹਨਾਂ ਨੇ ਧਰਨਾ ਲਾਇਆ ਸੀ। ਅਤੇ ਦੋਸਤੋ, ਉੱਥੇ ਪਹੁੰਚੇ ਕੁਝ ਹਾਈ ਰੈਂਕ ਔਫੀਸਰਸ ਨੇ ਕਿਹਾ ਹੈ ਕਿ ਇਹਦਾ ਰਿਜ਼ਲਟ ਅਸੀਂ ਦੁਬਾਰਾ ਜ਼ਰੂਰ ਅਨਾਊਂਸ ਕਰਾਂਗੇ। ਅਤੇ ਜਿਹੜੇ ਆਪਣੇ ਸੋਫਟਵੇਅਰ ਵਾਲੇ ਇੰਜੀਨੀਅਰਸ ਨੇ, ਉਹ ਕਹਿ ਰਹੇ ਨੇ ਕਿ 48 ਘੰਟੇ ਲੱਗ ਜਾਣੇ ਨੇ, ਅਤੇ ਇਸ ਲਈ ਅਸੀਂ ਥੋੜ੍ਹਾ ਜਿਹਾ ਸਟੂਡੈਂਟਸ ਨੂੰ ਕਹਿ ਰਹੇ ਹਾਂ ਕਿ ਵੇਟ ਕਰੋ। ਤਾਂ ਦੋਸਤੋ, ਆਓ ਤੁਹਾਨੂੰ ਲੈ ਚੱਲਦੇ ਹਾਂ ਉਸ ਵਾਇਰਲ ਹੋ ਰਹੀ ਵੀਡੀਓ ਦੇ ਵੱਲ, ਜਿਸ ਦੇ ਵਿੱਚ ਕਿ ਇੱਕ ਔਫੀਸਰ ਕਹਿ ਰਹੇ ਨੇ ਕਿ 48 ਘੰਟੇ ਦੇ ਵਿੱਚ ਦੁਬਾਰਾ ਨੋਰਮਲਾਈਜੇਸ਼ਨ ਵਾਲਾ ਰਿਜ਼ਲਟ ਆ ਜਾਏਗਾ। ਦੋਸਤੋ, ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਇਹ ਰਿਜ਼ਲਟ ਪਹਿਲਾਂ ਹੀ ਕੱਢ ਦਿੰਦੇ ਤਾਂ ਜ਼ਿਆਦਾ ਚੰਗਾ ਹੋਣਾ ਸੀ, ਪਰ ਚਲੋ ਕੋਈ ਨਾ, ਦੇਰ ਆਏ ਦਰੁਸਤ ਆਏ। ਅਤੇ ਹੁਣ ਦੋਸਤੋ, ਦੇਖਣਾ ਹੋਏਗਾ ਕਿ ਇਹ ਰਿਜ਼ਲਟ 48 ਘੰਟਿਆਂ ਵਿੱਚ ਰਿਲੀਜ਼ ਕਰਦੇ ਨੇ ਜਾਂ ਨਹੀਂ। ਤਾਂ ਦੋਸਤੋ, ਜੇਕਰ ਤੁਹਾਡੇ ਵਿਚਾਰ ਇਸ ਵੀਡੀਓ ਬਾਰੇ ਕੋਈ ਵੀ ਨੇ ਤਾਂ ਜ਼ਰੂਰ ਕਮੈਂਟ ਵਿੱਚ ਪੇਸ਼ ਕਰਨਾ। ਅਤੇ ਜੇਕਰ ਵੀਡੀਓ ਵਿਚਲੀ ਜਾਣਕਾਰੀ ਅਤੇ ਇਨਫੋਰਮੇਸ਼ਨ ਸਹੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਦੋਸਤੋ। ਤਾਂ ਚਲੋ, ਤੁਹਾਨੂੰ ਲੈ ਕੇ ਚੱਲਦੇ ਹਾਂ ਵਾਇਰਲ ਹੋ ਰਹੀ ਵੀਡੀਓ ਦੇ ਵੱਲ। ਬੁੱਧਵਾਰ ਥਾਈ ਤੁਹਾਨੂੰ ਇੰਡੀਵਿਜੁਅਲ